ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਾਂਗੇ। ਚੱਲੇ ਸੀ ਅੱਜ ਮੰਡੀ ਸਾਹਿਬ, ਸੋਚਿਆ ਤੁਹਾਨੂੰ ਵੀ ਦਰਸ਼ਨ ਕਰਾ ਦਈਏ। ਜੁੜੇ ਰਹੋ ਵੀਡੀਓ ਦੇ ਨਾਲ। ਅਤੇ ਇੱਕ ਸਾਰਿਆਂ ਨੂੰ ਬੇਨਤੀ ਕਰਨੀ ਸੀ, ਰਿਕੁਐਸਟ ਕਰਨੀ ਹੈ, ਜਿਹੜੇ ਦੋਸਤ ਮਿੱਤਰ ਵੀਡੀਓ ਵੇਖਦੇ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਆ ਕਰੋ ਜੀ, ਸਕਿੱਪ ਨਾ ਕਰਿਆ ਕਰੋ। ਅਤੇ ਜੁੜੇ ਰਹੋ ਵੀਡੀਓ ਦੇ ਨਾਲ, ਵਿਖਾਉਂਦੇ ਹਾਂ ਤੁਹਾਨੂੰ ਮੰਡੀ ਸਾਹਿਬ। ਪਹੁੰਚ ਗਏ ਸੀ ਭੇਵੇ, ਅਤੇ ਆ ਸਿੱਧਾ ਜਿਹੜਾ ਜਾਂਦਾ ਫਿਰ ਰਸਤਾ, ਇਹ ਭੇਵੇ ਬਾਜ਼ਾਰ 'ਚ ਜਾਂਦਾ। ਆਪਾਂ ਇੱਧਰ ਬਾਈਪਾਸ ਲੈ ਲੈਂਦੇ ਹਾਂ, ਸਾਰਾ ਜਿਵੇਂ ਬਾਜ਼ਾਰ ਸਾਈਡ 'ਤੇ ਰਹਿ ਜਾਏਗਾ। ਇਹ ਬਾਈਪਾਸ ਸਿੱਧਾ ਅੰਬਾਲੇ ਵਾਲੇ ਰੋਡ 'ਤੇ ਚੜ੍ਹ ਜਾਏਗਾ, ਅਤੇ ਉੱਥੇ ਆਹ ਨਾਲ ਨਾਲ ਡਰੇਨ ਜਾਂਦੀ ਹੈ ਜਿਵੇਂ ਬਾਈਪਾਸ ਦੇ, ਅਤੇ ਸਿੱਧੀ ਜਾ ਕੇ ਘੱਗਰ 'ਚ ਮਿਲਦੀ ਹੈ। ਆ ਚੜ੍ਹ ਗਿਆ ਜੀ ਹੁਣ ਸਿੱਧਾ ਆਪਣੇ ਅੰਬਾਲੇ ਵਾਲੇ ਰੋਡ 'ਤੇ। ਇੱਥੋਂ ਤਕਰੀਬਨ 10 ਕੁ ਕਿਲੋਮੀਟਰ ਅੱਗੇ ਆਪਾਂ ਆਏਗਾ ਕੱਟ ਜਿਵੇਂ ਮੰਡੀ ਸਾਹਿਬ ਨੂੰ, ਅਤੇ ਉਹ ਫਿਰ ਸੜਕ ਸਿੱਧੀ ਆਪਣਾ ਮੰਡੀ ਸਾਹਿਬ ਜਾਂਦੀ ਹੈ। ਆ ਸਾਹਮਣੇ ਜੋ ਬੋਰਡ ਦੇਖਦਾ ਇਹ ਹੈ ਸਿੱਧਾ ਆਪਣਾ ਮਾਰਕ ਲਾਇਆ ਮੰਡੀ ਸਾਹਿਬ ਦਾ। ਆ ਰੋਡ ਤੋਂ ਜਿਵੇਂ ਤਕਰੀਬਨ ਆ ਸੜਕ ਜਾਂਦੀ 6 ਕਿਲੋਮੀਟਰ ਪੈਂਦਾ ਇੱਥੋਂ, ਅਤੇ ਸਿੱਧਾ ਇਹ ਜਾਂਦਾ ਮੰਡੀ ਸਾਹਿਬ ਜੀ, ਬ੍ਰਹਮ ਅਖਾੜਾ। ਆਹ ਜਿਹੜਾ ਰੋਡ ਵੇਖਦੇ ਪਏ ਹੋ ਜੀ ਸਾਹਮਣੇ, ਆਹ ਨਿਕਲਿਆ ਜਿਹੜਾ, ਆਹ ਰੋਡ ਅਬਾਨੀ ਅਡਾਨੀਆਂ ਦਾ ਜੀ, ਜਿਹੜਾ ਸਿੱਧਾ ਜੰਮੂ ਤੋਂ ਦਿੱਲੀ ਨਾਲ ਕਨੈਕਟ ਕੀਤਾ, ਜਿਹਦੇ ਪਿੱਛੇ ਰੋਲੇ ਬੜੇ ਪਏ ਸਨ ਹਰਿਆਣੇ ਦੇ ਵਿੱਚ। ਆਹ ਵੇਖ ਸਕਦੇ ਹੋ ਆਹ ਨਿਕਲਿਆ ਰੋਡ, ਬੜਾ ਹੀ ਸ਼ਾਨਦਾਰ ਬਣਿਆ ਵੈਸੇ। ਸਿੱਧਾ ਰੋਡ ਹੈ ਇਹ, ਕੋਈ ਕੱਟ ਨਹੀਂ ਇਹਦੇ 'ਚ ਆਉਂਦਾ। ਆ ਗਏ ਰੋਡ ਸਿੱਧਾ ਆਪਣਾ ਮੰਡੀ ਸਾਹਿਬ ਗੁਰੂ ਘਰ ਨੂੰ ਜਾਂਦਾ ਪਿਆ। ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ, ਬਾਕੀ ਜੁੜੇ ਰਹੋ ਵੀਡੀਓ ਦੇ ਨਾਲ, ਤੁਹਾਨੂੰ ਸਾਰਾ ਵਿਖਾਵਾਂਗੇ, ਦਰਸ਼ਨ ਮੇਲੇ ਕਰਾਵਾਂਗੇ। ਅਤੇ ਚੱਲਦੀ ਚੱਲਦੀ ਵੀਡੀਓ ਨੂੰ ਉਦੋਂ ਤੱਕ ਕਰੋ ਲਾਈਕ ਜੀ, ਅਤੇ ਅਸੀਂ ਗੱਡੀ ਨੂੰ ਕਰਕੇ ਪਾਰਕ, ਦਿਖਾਉਂਦੇ ਹਾਂ ਤੁਹਾਨੂੰ ਸਾਰਾ ਗੁਰੂ ਘਰ, ਅਤੇ ਨਾਲੇ ਤੁਹਾਨੂੰ ਦੱਸਾਂਗੇ। ਕੰਮ ਚੱਲਦਾ ਪਿਆ ਜੀ ਗੁਰੂ ਘਰ ਦਾ। ਇਹ ਜਿਵੇਂ ਆਪਣੇ ਜਿਹੜੇ ਸੇਵਾ ਕਰਨ ਲਈ ਸੰਗਤ ਆਉਂਦੀ ਹੈ ਜਾਂ ਪ੍ਰੋਗਰਾਮਾਂ ਦੇ ਉੱਤੇ, ਰਿਹਾਇਸ਼ੀ ਚੱਲਦੀ ਪਈ ਆ ਕਮਰਿਆਂ ਦੀ ਜਿਵੇਂ।
ਉੱਧਰ ਪੈ ਗਏ ਨੇ ਜਿਵੇਂ ਸਾਹਮਣੇ ਜੋ ਵੇਖਦੇ ਪਏ ਨੇ ਅਤੇ ਇੱਧਰ ਜਿਵੇਂ ਜਦੋਂ ਪ੍ਰੋਗਰਾਮ ਹੁੰਦਾ ਉਦੋਂ ਕਮਰਿਆਂ 'ਚ ਜਿਵੇਂ ਥੋੜ੍ਹਾ ਆ ਜਾਂਦੀ ਹੈ ਸੋ ਜਿਵੇਂ ਹੋਰ ਕੰਮ ਚੱਲਦਾ ਪਿਆ ਇੱਥੇ ਅਤੇ ਉੱਧਰ ਪਰਲੀ ਸਾਈਡ ਵੀ ਚੱਲਦਾ ਪਿਆ ਕੰਮ ਉਹ ਵੀ ਤੁਹਾਨੂੰ ਵਿਖਾਵਾਂਗੇ ਅਤੇ ਹੁਣ ਤੁਹਾਨੂੰ ਇਸ ਤਰ੍ਹਾਂ ਜੀ ਆ ਸੰਗਤ ਨਿਵਾਸ ਤਿਆਰ ਹੋਣਾ ਜੋ ਆਹ ਫੋਟੋ 'ਚ ਵੇਖ ਰਿਹਾ ਅਤੇ ਐਵੇਂ ਹਜੇ ਕੰਮ ਪੂਰਾ ਜ਼ੋਰਾਂ ਸ਼ੋਰਾਂ 'ਤੇ ਚੱਲਦਾ ਪਿਆ ਬਾਬਿਆਂ ਦਾ ਅਤੇ ਬਣ ਕੇ ਇਸ ਤਰ੍ਹਾਂ ਜਿਵੇਂ ਫੋਟੋ 'ਚ ਵੇਖਦਾ ਪਿਆ ਐਵੇਂ ਤਿਆਰ ਹੋ ਜਾਣਾ ਬਾਬਿਆਂ ਦੇ ਕੰਮ ਨੇ ਸੰਗਤ ਦੀ ਸੇਵਾ ਦੇ ਨਾਲ ਚੱਲਦੇ ਰਹਿੰਦੇ ਨੇ ਜੀ ਵਿਖਾਨੇ ਤੁਹਾਨੂੰ ਹੁਣ ਆਪਣਾ ਜੋ ਮਾਲ ਡੰਗਰ ਦੇ ਦਿੱਤੇ ਹੈ ਆਹ ਦੇਖੋ ਜੀ ਹਾਥੀ ਵੀ ਰੱਖਿਆ ਬਾਬਿਆਂ ਨੇ ਬਹੁਤ ਸ਼ੌਂਕ ਨਾਲ ਬੜਾ ਵਧੀਆ ਸਿਹਤਮੰਦ ਹਾਥੀ ਹੈ ਬਾਬਾ ਜੀ ਆਪ ਵੀ ਸਵਾਰੀ ਕਰਦੇ ਹੁੰਦੇ ਨੇ ਇਹਦੇ ਉੱਤੇ ਸਮਾਗਮ 'ਚ ਕਰੋ ਜੀ ਦਰਸ਼ਨ ਬਹੁਤ ਹੀ ਪਿਆਰਾ ਧੁੱਪ ਸੇਕਦੇ ਪਏ ਨੇ ਜਾਨਵਰ ਮੱਝਾਂ ਆਹ ਸਾਹਮਣੇ ਝੋਟਾ ਹੈ ਜੀ ਆਹ ਛੋਟੀ ਵਛੇਰੀ ਹੈ ਆਹ ਵਾਲਾ ਸਟੱਡ ਬਾਬੇ ਜੀ ਨੂੰ ਹੁਣ ਗਿਫਟ ਹੋਇਆ ਸੀ ਵੇਖੋ ਸੇਵਾ ਕਰਦੇ ਪਏ ਨੇ ਸਿੰਘ ਸ਼ਾਨਦਾਰ ਘੋੜਿਆਂ ਦੀ ਕਲੈਕਸ਼ਨ ਹੈ ਇੱਥੇ ਦੋਸਤੋ ਘੋੜੇ ਜਿਹੜੇ ਵਿਖਾਏ ਸਨ ਤੁਹਾਨੂੰ ਵੀਡੀਓ ਦੇ ਵਿੱਚ ਸਟੱਡ ਫਾਰਮ ਬਣਦਾ ਪਿਆ ਆਹ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਜਿਹੜੀ ਫੋਟੋ ਆ ਰਹੀ ਹੈ ਜਦੋਂ ਪੂਰਾ ਮੁਕੰਮਲ ਹੋ ਗਿਆ ਅਤੇ ਬਣ ਕੇ ਐਵੇਂ ਦਾ ਤਿਆਰ ਹੋ ਜਾਣਾ ਅਤੇ ਕੰਮ ਵੇਖ ਸਕਦੇ ਹੋ ਤੁਸੀਂ ਚੱਲ ਰਿਹਾ ਪੂਰਾ ਇੱਧਰ ਦੀ ਐਂਟਰੀ ਹੋਣੀ ਹੈ ਅਤੇ ਅੱਗੇ ਪਾਰਕ ਹੋਏਗੀ ਜਿਵੇਂ ਬਹੁਤ ਸੋਹਣਾ ਬਣ ਕੇ ਤਿਆਰ ਹੋਵੇਗਾ ਆਹ ਵੇਖ ਸਕਦੇ ਹੋ ਤੁਸੀਂ ਆਹ ਸਾਹਮਣੇ ਜਿਹੜਾ ਡੰਗਰਾਂ ਦਾ ਚੱਲਦਾ ਪਿਆ ਜਿਵੇਂ ਪਸ਼ੂ ਰੱਖਣ ਦੇ ਲਈ ਅਤੇ ਡੇਰੇ ਦੇ ਤਕਰੀਬਨ ਕੰਮ ਚੱਲਦੇ ਪਏ ਨੇ ਹਜੇ ਅਤੇ ਬਣ ਕੇ ਹੌਲੀ ਹੌਲੀ ਮੁਕੰਮਲ ਹੋਣਗੇ ਅਤੇ ਵਿਖਾਵਾਂਗੇ ਤੁਹਾਨੂੰ ਜਦੋਂ ਪੂਰਾ ਬਣ ਵੀ ਗਏ ਅਤੇ ਉਮੀਦ ਕਰਦੇ ਹਾਂ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਏਗੀ ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਜਿਹੜਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਅਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਤਾਂ ਜੋ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਪਹੁੰਚ ਸਕੇ ਸੋ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ